ਸਾਹਿਬਾਨ ਨੇ, ਸਾਡੇ ਮੁੱਖ ਮੰਤਰੀ ਸਾਹਿਬ ਨੇ, ਔਰ ਬਹੁਤ ਸਾਰੇ ਐਲਾਨ ਹੋਣਗੇ ਜਿਹੜੇ ਸਾਨੂੰ ਉਹਨਾਂ ਨੇ ਤਸੱਲੀ ਦਿੱਤੀ ਆ। ਅਸੀਂ ਉਹ ਐਲਾਨ ਨਹੀਂ ਕਰਾਂਗੇ, ਉਹ ਉਹਨਾਂ ਦਾ ਪ੍ਰੋਗੈਟਿਵ ਹੈ, ਉਹ ਕਰਨਗੇ, ਪਰ ਸਾਡੀ ਪਹਿਰੇਦਾਰੀ ਰਹੂਗੀ। ਜੇ ਨਹੀਂ ਉਹ ਕਰਨਗੇ ਤਾਂ ਫਿਰ ਅਸੀਂ ਅਗਲਾ ਰੁੱਖ ਲਵਾਂਗੇ। ਬਟ ਜਿਸ ਤਰ੍ਹਾਂ ਦਾ ਰਿਸਪੋਂਸ ਸੀ, ਤੁਸੀਂ ਕਹਿ ਲਓ ਪੰਜਾਬੀ ਦੇ ਵਿੱਚ ਸਵਾਦ ਆ ਗਿਆ ਮਿਲ ਕੇ ਕਿ ਭਾਈ ਉਹ ਆਉਂਦੇ, ਉਹਨਾਂ ਨੇ ਲੌਜੀਕਲ ਵੇ ਨਾਲ ਦੱਸਿਆ ਕਰਾਂਗੇ। ਮੱਤੇਵਾੜੇ ਵਾਲੀ ਗੱਲ ਮੈਂ ਕਲੀਅਰ ਕਰ ਦਿਆਂ, ਅਸੀਂ ਵਿੱਚੇ ਮੱਤੇਵਾੜੇ ਦੀ ਵੀ ਗੱਲ ਕੀਤੀ, ਪੋਜ਼ਿਟਿਵ ਹੁੰਗਾਰਾ ਮਿਲਿਆ, ਅਗਲੇ ਐਲਾਨ ਅੱਗੇ ਦੇਖੇ ਜਾਣਗੇ। ਬਟ ਅਸੀਂ ਕੱਲ੍ਹ ਉੱਥੇ ਜਾ ਰਹੇ ਹਾਂ ਔਰ ਉੱਥੋਂ ਵੀ ਜੋੜ ਕੇ ਅਪੀਲ ਕਰਾਂਗੇ, ਅਤੇ ਜੇ ਅਪੀਲ ਨਹੀਂ ਮੰਨੀ ਜਾਊਗੀ ਅਗਲੇ ਕੁਛ ਦਿਨਾਂ 'ਚ, ਤਾਂ ਫਿਰ ਉਹਦਾ ਅਗਲਾ ਰੁੱਖ ਹੋਊਗਾ, ਜਿੱਥੇ ਬੈਠਣਾ ਪਿਆ ਬੈਠਾਂਗੇ। ਜਿਵੇਂ ਯੂਨੀਵਰਸਿਟੀ ਹੈ, ਯੂਨੀਵਰਸਿਟੀ ਸਾਡਾ ਪੰਜਾਬ ਗੌਰਮੈਂਟ ਦਾ ਰੀਪ੍ਰਜੈਂਟੇਟਿਵ ਹਾਈ ਕੋਰਟ 'ਚ ਹੈ ਨਹੀਂ ਸੀ, ਹੁਣ ਗੱਲ ਹੋਈ ਉਹਨਾਂ ਦੇ ਹੋਊਗਾ ਰੀਪ੍ਰਜੈਂਟੇਟਿਵ। ਔਰ ਠੋਕ ਕੇ ਗੱਲ ਕਹਾਂਗੇ ਕਿ ਪੰਜਾਬ ਜੋ ਹਿੱਸਾ 66 'ਚ ਪਾਉਂਦਾ ਸੀ, ਜਿਹੜਾ ਕਿ ਇਹਨਾਂ ਗੌਰਮੈਂਟਾਂ ਨੇ ਘੱਟ ਕਰਤਾ ਸੀ, ਉਹ ਹਿੱਸਾ ਪਾਇਆ ਜਾਊਗਾ। ਔਰ ਅਸੀਂ ਕਹਾਂਗੇ ਸੈਂਟਰ ਨੂੰ ਫੰਡ ਦੇਣ ਦੀ ਲੋੜ ਨਹੀਂ, ਸਾਡੀ ਯੂਨੀਵਰਸਿਟੀ ਸਾਡੇ ਹਵਾਲੇ ਕਰੋ। ਅਸੀਂ ਕਿਹਾ ਇਹ ਤੁਹਾਡੀ ਨੀਤੀ ਹੈ, ਆਂਦੇ ਬਿਲਕੁਲ, ਤਾਂ ਆਪਾਂ ਨੂੰ ਹੋਰ ਕੀ ਚਾਹੀਦਾ, ਸਾਡੀ ਯੂਨੀਵਰਸਿਟੀ ਸਾਡੇ ਕੋਲ ਆ ਜੂਗੀ, ਫੰਡ ਸਾਰਾ ਮੁਹੱਈਆ ਕਰਾਉਣਗੇ। ਕੋਈ ਟਾਈਮ ਬਾਉਂਡ ਵੀ ਕੀਤਾ ਗਿਆ ਜੀ ਇਹਨਾਂ ਬਾਰੇ, ਸਾਰੇ ਮੰਗਾਂ ਪੂਰੀਆਂ ਕਰਨ ਦੇ ਲਈ? ਉਹ ਕਿਉਂਕਿ ਮੰਗਾਂ ਬਹੁਤ ਸੀਗੀਆਂ, ਹਰ ਇੱਕ ਦੀ ਟਾਈਮ ਬਾਉਂਡਿੰਗ ਚੀਫ ਮਿਨਿਸਟਰ ਲਈ ਮੁਸ਼ਕਲ ਹੁੰਦੀ ਹੈ। ਉਹਨਾਂ ਨੇ ਅਗਲੇ ਕੁਝ ਦਿਨਾਂ 'ਚ ਤੁਹਾਨੂੰ ਨਜ਼ਰ ਆਊ ਕਿ ਅਸੀਂ ਕਰਾਂਗੇ। ਮੱਤੇਵਾੜਾ ਦੇ ਲਈ ਕੋਈ ਟਾਈਮ ਬਾਉਂਡਿੰਗ ਦਿੱਤੀ ਗਈ, ਕਿਉਂਕਿ ਮੱਤੇਵਾੜਾ ਨੂੰ ਲੈ ਕੇ ਬਹੁਤ ਜ਼ਿਆਦਾ ਜਿਹੜਾ ਮੁੱਦਾ ਹੈ, ਮੱਤੇਵਾੜਾ ਦੀ ਕਮੇਟੀ ਲੀਡ ਕਰ ਰਹੀ ਹੈ, ਮੱਤੇਵਾੜਾ ਦੇ ਵਿੱਚ ਜਿਹੜੀ ਕਮੇਟੀ ਬਣੀ ਹੈ ਉਹ ਲੀਡ ਕਰ ਰਹੀ ਹੈ। ਸੋ ਅਸੀਂ ਉਹਨਾਂ ਦੇ ਰਾਹੀਂ ਇਹ ਗੱਲ ਕਰਾਂਗੇ ਔਰ ਉਹਦੇ ਰਾਹੀਂ ਇਹ ਜਵਾਬ ਵੀ ਦੇਣਗੇ, ਔਰ ਉਹ ਜਵਾਬ ਤੁਹਾਨੂੰ ਬਾਹਲੇ ਲੰਬੇ ਦਿਨ ਨਹੀਂ, ਅਗਲੇ ਕੁਛ ਦਿਨਾਂ 'ਚ ਮਿਲ ਜਾਣਗੇ। ਸੰਤੋਖ ਜੀ, ਅੱਜ ਹਰਿਆਣਾ ਦੇ ਸੀਐਮ ਨੇ ਕਹਿਤਾ ਕਿ ਵਿਧਾਨ ਸਭਾ ਬਣਾਉਣ ਦੇ ਲਈ ਅਲੱਗ ਤੋਂ ਜਗ੍ਹਾ ਕੇਂਦਰ ਨੇ ਮਨਜ਼ੂਰ ਕਰਤੀ ਚੰਡੀਗੜ੍ਹ 'ਚ, ਕਿਵੇਂ ਦੇਖ ਰਹੇ ਹੋ? ਲਖੇ ਦਿਓ ਦਿਓ ਤੁਸੀਂ ਵੀ ਦੇਖੋ, ਜਿਹੜੀਆਂ ਪਹਿਲਾਂ ਤਾਂ ਇੱਥੇ ਗੱਲ ਕਰ ਲਈਏ, ਕੱਲਾ ਕੱਲਾ ਸਵਾਲ ਕਰ ਲਿਓ। ਅੱਜ ਜਿਹੜੇ ਸਾਡੇ ਖਾਸ ਤੌਰ ਤੇ ਜਿਵੇਂ ਮਤੋਜ ਨੇ ਬਾਈ ਨੇ ਦੱਸਿਆ ਕਿ ਇੱਕ ਤਾਂ ਮੱਤੇਵਾੜ ਦੀ ਵੀ ਗੱਲ ਹੋਈ, ਯੂਨੀਵਰਸਿਟੀ ਦੀ ਵੀ ਗੱਲ ਹੋਈ, ਜਿਹੜੀਆਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਰਾਖਵੀਆਂ ਕਰਨੀਆਂ ਨੇ ਉਹਦੀ ਵੀ ਗੱਲ ਹੋਈ ਆ। ਇਸ ਤੋਂ ਇਲਾਵਾ ਡੈਮਾਂ ਦੀ ਗੱਲ ਹੋਈ, ਜਿਹੜਾ ਬੀਬੀਐਮ ਦੀ ਆਪਾਂ ਗੱਲ ਕਰਦੇ ਹਾਂ ਕਿ ਕਿਵੇਂ ਸੈਂਟਰ ਸਾਡੇ ਹੱਕ ਹੋ ਰਿਹਾ, ਜਿਹੜੇ ਸਾਡੇ ਪਾਣੀ ਥੱਲੇ ਜਾ ਰਹੇ ਨੇ ਉਹਦੇ ਬਾਰੇ ਵੀ ਵਿਚਾਰ ਚਰਚਾ ਹੋਈ ਆ। ਇਹ ਤੋਂ ਇਲਾਵਾ ਵਾਤਾਵਰਨ ਦੇ ਉੱਤੇ ਗੱਲਾਂ ਹੋਈਆਂ ਨੇ। ਇਸ ਤੋਂ ਇਲਾਵਾ ਜਿਹੜਾ ਲਗਾਤਾਰ ਮੈਂ ਮੁੱਦਾ ਚੱਕਦਾ ਆ ਰਿਹਾ ਪਹਿਲੇ ਸਮੇਂ ਤੋਂ, ਪਹਿਲੀਆਂ ਸਰਕਾਰਾਂ ਤੋਂ ਲੈ ਕੇ, ਕਿ ਜਿਹੜਾ ਸੀਐਮ ਸਿਕਿਉਰਿਟੀ ਦੇ ਵਿੱਚ ਬਾਹਰਲੇ ਸੂਬਿਆਂ ਤੋਂ ਬੰਦੇ ਭਰਤੀ ਕੀਤੇ ਗਏ ਆ ਉਹ ਕੱਢੇ ਜਾਣ, ਸਿੱਧੇ ਭਰਤੀ ਕੀਤੇ ਗਏ 44 ਇੰਸਪੈਕਟਰ, ਜਦੋਂ ਕਿ 2008 ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਸਿੱਧੀ ਇੰਸਪੈਕਟਰ ਭਰਤੀ ਬੰਦ ਹੈ, ਤੇ ਮਰਜ ਕਰ ਦਿੱਤੇ ਗਏ ਸੀ ਪੰਜਾਬ ਪੁਲਿਸ 'ਚ। ਉਹਨਾਂ ਨੇ ਆਪਣੀਆਂ ਘਰ ਵਾਲੀਆਂ, ਆਪਣੀਆਂ ਭੈਣਾਂ ਇੱਥੇ ਲਿਆ ਕੇ ਟੀਚਰ ਲਵਾ ਲਈਆਂ ਪੰਜਾਬ ਦੇ ਵਿੱਚ। ਉਹਦੇ ਮਸਲੇ 'ਤੇ ਵੀ ਗੱਲ ਹੋਈ ਹੈ ਵੀ ਬੋਨਾਫਾਈਡ ਲੈ ਕੇ ਆਓ ਹਿਮਾਚਲ ਜਾਂ ਉੱਤਰਾਖੰਡ ਦੀ ਤਰਜ਼ ਦੇ ਉੱਤੇ ਜਾਂ ਡੋਮੀਸਾਈਲ ਲੈ ਕੇ ਆਓ, ਜਿਹੜਾ ਪੀੜ੍ਹੀ ਦਰ ਪੀੜ੍ਹੀ ਪੰਜਾਬ 'ਚ ਰਹਿ ਰਿਹਾ, ਸਾਡੇ ਮੁੰਡਿਆਂ ਨੂੰ ਨੌਕਰੀਆਂ ਮਿਲਣ, ਸਾਡੀਆਂ ਕੁੜੀਆਂ ਨੂੰ ਨੌਕਰੀਆਂ ਮਿਲਣ, ਸਾਡੀ ਜਵਾਨੀ ਬਾਹਰਲੇ ਮੁਲਕਾਂ ਨੂੰ ਭੱਜੀ ਜਾਂਦੀ ਹੈ, ਬਾਹਰਲੇ ਇੱਥੇ ਨੌਕਰੀਆਂ ਲਈ ਜਾਂਦੇ ਆ। ਇਹ ਸਾਰੇ ਤਮਾਮ ਮਸਲਿਆਂ ਦੇ ਉੱਤੇ ਗੱਲਬਾਤ ਬੜੇ ਸੁਖਾਵੇਂ ਮਾਹੌਲ 'ਚ ਹੋਈ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀਆਂ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਮੰਨੀਆਂ ਜਾਣਗੀਆਂ। ਪੰਜਾਬੀ ਉੱਤੇ ਖਾਸ ਕਰਕੇ ਗੱਲ ਹੋਈ ਹੈ, ਪੰਜਾਬੀ ਬੋਲੀ ਨੂੰ ਲੈ ਕੇ, ਕਿ ਬੜੀ ਚਿੰਤਾ ਦਾ ਵਿਸ਼ਾ ਕਿ 5000 ਬੱਚਾ ਪੰਜਾਬੀ ਦੇ ਵਿੱਚੋਂ ਫੇਲ ਹੋ ਜਾਣਾ। ਉਹਦੇ ਲਈ ਉਹਨਾਂ ਨੇ ਕਿਹਾ ਵੀ ਇਹਦੇ ਬਾਰੇ ਅਸੀਂ ਬਹੁਤ ਜ਼ਿਆਦਾ ਸ਼ੱਕ ਹਾਂ, ਅਸੀਂ ਸਾਰੇ ਚਿੱਠੀਆਂ ਕੱਢ ਚੁੱਕੇ ਹਾਂ ਕਿ ਜਿੰਨੇ ਬੋਰਡ ਨੇ ਸੜਕਾਂ ਦੇ ਹੋਣ, ਦਫ਼ਤਰਾਂ ਦੇ ਹੋਣ, ਸਾਰੇ ਪੰਜਾਬੀ 'ਚ ਹੋਣਗੇ। ਤੇ ਉਹ ਤੋਂ ਇਲਾਵਾ ਅਸੀਂ ਅੱਗੇ ਵੀ ਕਿਹਾ ਕਿ ਨਸ਼ਿਆਂ ਦਾ ਮੁੱਦਾ ਕੁੱਲ ਜਾਣੇ ਕੋਈ ਜਿਹੜੇ ਪੰਜਾਬ ਨਾਲ, ਦੇਖੋ ਇਹ ਪੰਜਾਬ ਦੀ ਹੋਂਦ ਨਾਲ ਜੁੜੇ ਹੋਏ ਮੁੱਦੇ ਨੇ। ਪੰਜਾਬੀ 'ਚ ਯੂਨੀਵਰਸਿਟੀ ਨੇ ਮੈਡੀਕਲ ਦੀਆਂ ਸੀਟਾਂ ਅਨਾਊਂਸ ਕੀਤੀਆਂ ਨੇ, ਅਸੀਂ ਉਹਨਾਂ ਨੂੰ ਕਿਹਾ ਕਿ ਇਹਨਾਂ ਨੂੰ ਪ੍ਰਾਇਓਰਿਟੀ ਦਿੱਤੀ ਜਾਵੇ ਜੋਬ ਵੇਲੇ। ਕਹਾਂ ਦੇ ਸਹੀ ਆ, ਇੱਕ ਦੋ ਆਰਡਰ ਉਹ ਕੱਢ ਵੀ ਚੁੱਕੇ ਨੇ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ 'ਚ ਜਿੰਨੇ ਵੀ ਬੋਰਡ ਹੋਣਗੇ, ਜਿੰਨੀਆਂ ਵੀ ਗੱਲਾਂ ਬਾਤਾਂ ਹੋਣਗੀਆਂ ਉਹ ਪੰਜਾਬੀ 'ਚ ਹੋਣਗੀਆਂ। ਬਾਕੀ ਇਹ ਤੋਂ ਇਲਾਵਾ ਜਿਹੜੀਆਂ ਗੱਲਾਂ ਬਾਤਾਂ ਤੁਹਾਨੂੰ ਅਸੀਂ ਦੱਸ ਹੀ ਦਿੰਦੇ ਹਾਂ। ਇਹ ਤੋਂ ਇਲਾਵਾ ਅਹਿਮ ਗੱਲ ਇੱਕ ਇਹ ਸੀਗੀ ਕਿ ਪੰਜਾਬੀ ਬੋਲੀ ਨੂੰ ਰੁਜ਼ਗਾਰ ਦੀ ਭਾਸ਼ਾ ਕਿਵੇਂ ਬਣਾਇਆ ਜਾਵੇ, ਤਾਂ ਉਹਦੇ 'ਤੇ ਅਸੀਂ ਇਹ ਕਿਹਾ ਸੀ ਵੀ 2009 ਦੇ ਵਿੱਚ ਜਦੋਂ 1966 ਦਾ ਜਿਹੜਾ ਕਾਨੂੰਨ ਹੈ, 2008 ਦੇ ਵਿੱਚ ਜਦੋਂ ਸੋਧ ਹੁੰਦੀ ਹੈ, ਤਾਂ 9 ਦੇ ਵਿੱਚ ਹਾਈ ਕੋਰਟ ਵੱਲੋਂ ਇਹ ਆਉਂਦਾ ਕਿ ਅਸੀਂ ਜ਼ਿਲ੍ਹਾ ਅਦਾਲਤਾਂ ਦਾ ਕੰਮ ਪੰਜਾਬੀ 'ਚ ਕਰਨ ਨੂੰ ਤਿਆਰ ਹਾਂ, ਸਾਨੂੰ ਇੱਕ ਅਦਾਲਤ ਦੇ ਮਗਰ 3 ਬੰਦੇ ਦਿੱਤੇ ਜਾਣ, ਉਹ 'ਚ ਮੰਨ ਲਓ ਅਨੁਵਾਦ ਕਰਨ ਵਾਲਾ ਹੋ ਗਿਆ, ਜਜਮੈਂਟ ਰਾਈਟਰ ਲਿਖਣ ਵਾਲਾ ਹੋ ਗਿਆ, ਜਿਹੜਾ ਫੈਸਲਾ ਲਿਖਦਾ, ਸਟੈਨੋ ਹੋ ਗਿਆ, ਤਾਂ ਉਹ ਬੰਦੇ 9 ਤੋਂ ਲੈ ਕੇ ਹਾਈ ਕੋਰਟ 14 ਤੱਕ ਪੰਜਾਬ ਸਰਕਾਰ ਨੂੰ ਚਿੱਠੀਆਂ ਲਿਖਦੀ ਰਹੀ ਕਿ ਸਾਨੂੰ 2000-3000 ਦੇ ਕਰੀਬ ਬੰਦਾ ਗਿਣਤੀ ਬਣਦੀ ਸੀ ਵੀ ਉਹ ਬੰਦੇ ਦਿਓ, ਅਸੀਂ ਅਦਾਲਤਾਂ ਦਾ ਕੰਮ ਪੰਜਾਬੀ 'ਚ ਕਰਨ ਨੂੰ ਤਿਆਰ ਹਾਂ। ਪਰ ਕਿਸੇ ਸਰਕਾਰ ਨੇ ਇਹਦੇ ਕੰਮ ਨਹੀਂ ਕੀਤਾ, ਉਹ ਚਿੱਠੀਆਂ ਉਹਨਾਂ ਨੂੰ ਸਾਰੀਆਂ ਅਸੀਂ ਸੌਂਪਤੀਆਂ ਨੇ ਹਾਈ ਕੋਰਟ ਦੀਆਂ ਵੀ, ਅਤੇ ਪੰਜਾਬ ਸਰਕਾਰ ਵੱਲੋਂ ਕੀ ਜਵਾਬ ਜਾਂਦਾ ਰਿਹਾ ਉਹ ਵੀ
कि ये बंदे तुसीं रुजगार मिलूगा साडे पंजाबी लोकां नूं ते नाले जिहड़ा सानूं इंसाफ मिलना अदालतां दे विच उह पंजाबी च मिलूगा। सो इस करके सारे मसलां दे उत्ते गल्लबात हुई है। बहुत सारियां गल्लां है ना जिहड़ियां उह पुरानी गवर्नमेंट्स दा देन है, कुछ गल्लां जिन्हां ते आपां नूं एतराज़ है, सख्त एतराज़ है, उह चीज़ां उह कुछ तां दूर कर रहे ने, कुछ तां उहनां ने साडे नाल वादा कीता है। और ये नहीं कोई लंबी कहानी है, छे महीने गए नहीं, अगले दिन रिजल्ट आने प्रोटेस्ट होगा। लोग अपील करते हैं कि पंजाब भर के लोग मत्ते बाड़े पहुंचन, साडी विरासत हो, जंगल हो सतलुज हो। अच्छा होर गल तुहानू दस दिंदे आ, एक मिनट जी, एक मिनट होर तुहानू दस दिंदे आ कि जिहड़ी असीं इह वी गल चक्की कि लंबे समय तो गुरप्रीत चंदवाजा जी खड़े आ मेरे नाल, लंबे समय तो सारे इकट्ठे होके सतलुज की गल करते आए कि सतलुज का पानी जिहड़ा जहरीला किया जा रहा बुढ़े दरिया राही, उहदी भी गल हुई है। वह कहिंदे उत्थे जिन्नियां जिहड़ियां फैक्ट्रियां हैगियां ने, डाइंग फैक्ट्रियां ने जिहड़ियां सारियां मान लो बंद होणगियां, पहली गल तां कहिंदे 23 तक बंद ही हो जाणगियां, नहीं तां असीं सख्ती करांगे, उत्थे कोई भी अजी फैक्ट्री नहीं चलूगी, यह सानू भरोसा दिता है। पर इत्थे मैं कहना चाहुंदा एक गल होर बहुत सोहणी कही अज भाई भवंत ने, मान साहब कहना चाहीदा, चलो अपना पुराना मित्र आ कह दिंदे आ, ते उहनां ने गल वधिया कही, कहिंदे विरोधी धिर हुण लोक ने वी जिहड़ी भूमिका विरोधी धिरां निभाउंदियां हुंदियां सियासी तौर ते, बादल रख लो, कांग्रेसी रख लो, ਉਹ ਪਾਸੇ ਕਰਤੇ ਲੋਕਾਂ ਨੇ, ਲੋਕ ਉਹਨਾਂ ਦੀ ਗੱਲ ਦਾ ਯਕੀਨ ਵੀ ਨਹੀਂ ਕਰਦੇ, ਉਹਨਾਂ ਦੀਆਂ ਗੱਲਾਂ ਵੀ ਪਰਸਨਲੀ ਹੁੰਦੀਆਂ ਨੇ, ਹਾਂ ਤੁਸੀਂ ਸਾਡੇ ਨਾਲ ਆਪੋਜੀਸ਼ਨ ਵਾਲੀ ਗੱਲ ਕਰ ਰਹੇ ਹੋ, ਆਹ ਤਾਂ ਗੱਲ ਨਹੀਂ ਕੋਈ, ਪਹਿਲੀ ਗੱਲ ਇਹ ਸਭ ਤੋਂ ਅਹਿਮ ਗੱਲ ਇਹ ਹੋਈ ਹੈ ਕਿ ਸਾਨੂੰ ਘੰਟਾ ਡੂਢ ਘੰਟੇ ਦਾ ਸਮਾਂ ਮਿਲਿਆ, ਪਹਿਲਾਂ ਵਾਲੇ ਮੁੱਖ ਮੰਤਰੀਆਂ ਕੋਲ ਵੀ ਆਉਂਦੇ ਰਹੇ ਆ, ਉਹ ਪਹਿਲੀ ਗੱਲ ਤਾਂ ਮਿਲਦੇ ਹੀ ਨਹੀਂ ਸੀ, ਮਿਲਦਾ ਸੀ ਕੋਈ ਮਿੰਟ ਦੋ ਚਾਰ ਮਿਲ ਕੇ, ਉਹਦੀ ਕਹਿੰਦੇ ਸਾਡਾ ਟਾਈਮ ਹੋ ਗਿਆ ਜੀ, ਅਸੀਂ ਖਾਣਾ ਖਾਣ ਜਾਣਾ, ਚਾਹ ਪੀਣੀ ਜਾਣੀ ਹੈ ਜੀ, ਸਾਡੀ ਮੀਟਿੰਗ ਹੈ ਜੀ, ਚਲੋ ਸਾਡੀ ਵਧੀਆ ਤਰੀਕੇ ਨਾਲ ਵੀ ਗੱਲ ਸੁਣੀ ਤੇ ਭਰੋਸਾ ਦਿੱਤਾ। ਤੇ ਇੱਥੇ ਇੱਕ ਹੋਰ ਗੱਲ ਵੀ ਕਹਿਣਾ ਚਾਹੁੰਦੇ ਆ ਲੋਕਾਂ ਨੂੰ, ਕਹਿਣਾ ਚਾਹੁੰਦੇ ਆ ਖਾਸ ਕਰਕੇ ਪੰਜਾਬ ਦਿਆਂ ਨੂੰ ਕਿ ਚਕੰਨੇ ਰਹਿਣਾ, ਆਪਾਂ ਮੁੱਖ ਮੰਤਰੀ ਨੂੰ ਢਿੱਲਾ ਵੀ ਨਹੀਂ ਛੱਡਣਾ, ਪਹਿਰਾ ਵੀ ਦੇਣਾ, ਜਿਵੇਂ ਬਾਈ ਮਤੋਜ ਨੇ ਕਿਹਾ ਕਿ ਉੱਤੇ ਰੱਖਣੀ ਐ ਨਿਗਾਹ ਬਾਜ ਨੂੰ ਕਿ ਜਿਹੜੇ ਪੰਜਾਬ ਦੇ ਮੁੱਦੇ ਨੇ ਅੱਗੇ ਟਾਈਮ ਵੀ ਦਿੱਤਾ ਤੁਹਾਨੂੰ, ਇੱਕ ਤੁਹਾਡੀ ਪੀਏਸੀ ਸੀ, ਐਕਸ਼ਨ ਕਮੇਟੀ ਸੀ, ਉਹਦੇ ਲੋਕ ਵੀ ਕੱਲ ਨਾਲ ਜਾਣਗੇ ਤੁਹਾਡੇ? ਨਹੀਂ, ਜਿਹੜੀ ਮੱਤੇਵਾੜਾ ਇੱਕ ਕਮੇਟੀ ਬਣੀ ਹੋਈ ਆ, ਉਹ ਕਮੇਟੀ ਦੇ ਅਧੀਨ ਸਾਰਾ ਕੰਮ ਚੱਲ ਰਿਹਾ, ਜਿੰਨੀਆਂ ਵੱਖ-ਵੱਖ ਹੋਰ ਜਿੱਥੇ ਬੰਦੀਆਂ ਨੇ ਸਾਰੀਆਂ ਉਹਦਾ ਸਹਿਯੋਗ ਕਰ ਰਹੀਆਂ ਨੇ, ਅਸੀਂ ਵੀ ਲੋਕਾਂ ਨੂੰ ਅਪੀਲ ਕਰ ਰਹੇ ਹਾਂ। ਅਸੀਂ ਬਾਜੀ ਅਸੀਂ ਵੈਸੇ ਗੱਲ ਹੋਈ, ਅਸੀਂ ਕੁਝ ਬੋਲਣਾ ਨਹੀਂ ਚਾਹੁੰਦੇ ਇੱਥੇ ਅੱਜ, ਕਿਉਂਕਿ ਇਹ ਅਸੀਂ ਚਾਹੁੰਦੇ ਹਾਂ ਕਿ ਜਿਹੜਾ ਬੰਦਾ ਇਹਦੀ ਅਗਵਾਈ ਕਰ ਰਹੇ ਲੋਕ ਨੇ ਉਹ ਕਰਨ, ਔਰ ਉਹਨਾਂ ਨੂੰ ਵੀ ਸੱਦਾ ਬਹੁਤ ਜਲਦੀ ਆਊਗਾ, ਉਹਨਾਂ ਨੂੰ ਵੀ ਸੱਦਾ ਹੋ ਸਕਦਾ 2-4 ਦਿਨਾਂ ਦੇ ਵਿੱਚ ਬੁਲਾ ਕੇ ਮੁੱਖ ਮੰਤਰੀ ਉੱਥੋਂ ਆਪਣਾ ਉਹਨਾਂ ਨਾਲ ਕੋਈ ਗੱਲਬਾਤ ਕਰਨ। ਤੇ ਪਰ ਅਸੀਂ ਅਪੀਲ ਕਰਦੇ ਹਾਂ ਕੱਲ ਨੂੰ ਮੱਤੇਵਾੜਾ ਪਹੁੰਚਣਾ ਜ਼ਰੂਰੀ ਹੈ। ਅੱਛਾ, ਇਹ ਤੋਂ ਇਲਾਵਾ ਹੋਰ ਗੱਲ ਜਿਹੜੀ ਆਪਾਂ ਰਹੇਗੀ ਸੀ, ਬੜੀ ਅਹਿਮ ਗੱਲ ਹੈ ਕਿ ਬੜਾ ਰੌਲਾ ਪਿਆ ਕਿ 780 ਕਰੋੜ ਰੁਪਇਆ ਰੱਖਿਆ ਗਿਆ ਨਹਿਰਾਂ ਪੱਕੀਆਂ ਕਰਨ ਲਈ, ਵਿੱਚ ਮੋਮੀ ਕਾਗਜ਼ ਪਾਇਆ ਜਾ ਰਿਹਾ ਜਿਹੜਾ, ਉਹਦੇ ਉੱਤੇ ਵੀ ਗੱਲ ਹੋਈ ਹੈ। ਉਹ ਕਹਿੰਦੇ ਵੀ ਅਸੀਂ ਪੰਜਾਬ ਵਾਲੀਆਂ ਨਹਿਰਾਂ ਦਾ ਬਿਲਕੁਲ ਹੀ ਅਸੀਂ ਮੋਮੀ ਕਾਗਜ਼ ਨਹੀਂ ਪਾਵਾਂਗੇ ਥੱਲੇ, ਜਿਹੜਾ ਪੈ ਗਿਆ ਜੇ ਕੋਈ ਥੱਲੇ ਪਾਇਆ ਗਿਆ ਉਹਨੂੰ ਕਢਾਵਾਂਗੇ। ਤੇ ਜਿਹੜੀ ਰਾਜਸਥਾਨ ਨਹਿਰ ਆ ਖਾਸ ਕਰਕੇ ਉਹਦੀ ਗੱਲ ਹੋਈ ਹੈ ਕਿ ਰਾਜਸਥਾਨ ਨਹਿਰ ਦੇ ਵਿੱਚ ਜਿਹੜਾ ਪਾਣੀ ਮੋਮੀ ਕਾਗਜ਼ ਪਾਇਆ ਗਿਆ ਉਹ ਮੋਮੀ ਕਾਗਜ਼ ਪੰਜਾਬ ਦੀ ਹੱਦ ਚ ਨਹੀਂ ਪਊਗਾ, ਥੱਲੇ ਨਹੀਂ ਪਊਗਾ, ਹਾਂ ਸਾਈਡਾਂ ਰਹਿਣਗੀਆਂ, ਥੱਲੇ ਨਹੀਂ ਪਾਇਆ ਜਾਊਗਾ, ਤਾਂ ਕਿ ਪਾਣੀ ਜਿਹੜਾ ਥੱਲੇ ਉਹ ਜਾਂਦਾ ਰਹੇ। ਸਾਰੀਆਂ ਗੱਲਾਂ ਹੋਈਆਂ ਨੇ, ਪਰ ਇੱਥੇ ਮੈਂ ਕਹਿਣਾ ਚਾਹੁੰਦਾ ਜਿੰਨੇ ਇਹ ਮੁੱਦੇ ਨੇ, ਤਮਾਮ ਮੁੱਦੇ ਨੇ ਪੰਜਾਬ ਦੀ ਹੋਂਦ ਨਾਲ ਜੁੜੇ ਹੋਏ ਨੇ, ਸਾਡੇ ਵਿਕਾਰ ਨਾਲ ਜੁੜੇ ਹੋਏ ਨੇ, ਤਾਂ ਇੱਥੇ ਪੰਜਾਬ ਦੇ ਲੋਕੋ ਸਾਨੂੰ ਚਕੰਨੇ ਰਹਿ ਕੇ ਲੜਨਾ ਪੈਣਾ। ਆਪਾਂ ਕਿਸੇ ਸਰਕਾਰ ਦੇ ਉੱਤੇ ਗੱਲ ਛੱਡ ਦਈਏ, ਕਿਸੇ ਮੁੱਖ ਮੰਤਰੀ ਦੇ ਭਰੋਸੇ ਗੱਲ ਛੱਡ ਦਈਏ, ਇੰਨਾ ਵੀ ਨਹੀਂ, ਭਰੋਸਾ ਕਰਨਾ ਵੀ ਪੈਣਾ, ਪਰ ਨਾਲ ਆਪਾਂ ਵੇਸਲੀ ਹੋ ਜਾਈਏ ਕਿ ਸਾਨੂੰ ਤਾਂ ਭਰੋਸਾ ਦਿੱਤਾ ਜੀ ਮੁੱਖ ਮੰਤਰੀ ਨੇ, ਸਰਕਾਰ ਨੇ ਪਾਣੀ ਦੇ ਮੁੱਦੇ ਵਾਲੀ ਗੱਲ ਦੱਸ ਦੁਬਾਰਾ, ਜਿਹੜਾ ਝੋਨਾ ਜਿਹੜਾ ਪਾਣੀ ਖਰਚਾ, ਹਾਂ ਇਹ ਵੀ ਗੱਲ ਹੋਈ ਹੈ ਕਿ ਸਾਡੇ ਕੋਲ 10-15 ਸਾਲ ਦਾ ਪਾਣੀ ਬਚਿਆ, ਤੇ ਅਸੀਂ ਉਹ ਪਾਣੀ, ਉਹ ਵੀ ਇਹ ਵੀ ਕਹਿੰਦੇ ਕਿ ਐਤਕੀ ਸਰਕਾਰ ਨਵੀਂ ਬਣੀ ਸੀ, ਆਉਣ ਵਾਲੇ ਸਾਲ ਦੇ ਵਿੱਚ ਅਸੀਂ ਇਹ ਵੀ ਲੈ ਕੇ ਆਵਾਂਗੇ ਕਿ ਝੋਨੇ ਦੀ ਜਿਹੜੀ ਬਿਜਾਈ ਆ ਦਾ ਘਟਾਈ ਜਾਵੇ, ਕਿਸੇ ਤਰੀਕੇ ਨਾਲ ਫਸਲਾਂ ਦਾ ਜਿਹੜਾ ਪਰਿਵਰਤਨ ਲਿਆਂਦਾ ਜਾਵੇ ਤਾਂ ਕਿ ਪਾਣੀ ਬਚਾਇਆ ਜਾਵੇ। ਅਸਲ ਮੁੱਦੇ ਸਾਡੇ ਕੋਲ ਸਾਡੀ ਜ਼ਬਾਨੀ ਬਾਹਰਲੇ ਮੁਲਕਾਂ ਤੋਂ ਕਿਵੇਂ ਅਸੀਂ ਇੱਥੇ ਰੋਕਣੀ ਆ, ਤੇ ਪਾਣੀ ਅਸੀਂ ਕਿਵੇਂ ਬਚਾਉਣਾ, ਬੜੇ ਅਹਿਮ ਮੁੱਦੇ ਨੇ ਦੋਨੇ। ਬਾਕੀ ਹੋਰ ਬਹੁਤ ਸਾਰੀਆਂ ਗੱਲਾਂ ਹੋਈਆਂ। ਇੱਕ 17 ਜੁਲਾਈ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਤਰੀਕ ਹੈ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੋਈ ਆਪਣਾ ਉੱਥੇ ਐਡਵੋਕੇਟ ਖੜਾ ਕਰੋਗੇ? ਬਿਲਕੁਲ, ਇਹ ਗੱਲ ਉੱਥੇ ਆਈ ਹੈ ਕਿ ਸਾਡਾ ਜਦੋਂ ਯੂਨੀਵਰਸਿਟੀ ਦਾ ਕੇਸ ਸੀਗਾ ਤੇ ਉੱਥੇ ਸਾਡਾ ਏਜੀ ਕਿਉਂ ਨਹੀਂ ਜਾਂਦਾ, ਐਡਵੋਕੇਟ ਜਨਰਲ ਸਾਡਾ ਕਿਉਂ ਨਹੀਂ ਗਿਆ, ਇਹ ਵੀ ਗੱਲਾਂ ਹੁੰਦੀਆਂ। ਉਹ ਕਹਿੰਦੇ ਵੀ ਸਾਡਾ ਜਦੋਂ ਹੁਣ ਮੰਨ ਲਓ ਗੈਂਗਸਟਰਾਂ ਦਾ ਰਿਮਾਂਡ ਲਿਆ ਗਿਆ ਦਿੱਲੀ ਤੋਂ, ਤਾਂ ਉਦੋਂ ਵੀ ਸਾਡਾ ਕੋਈ ਆਮ ਵਕੀਲ ਨਹੀਂ ਉੱਥੇ ਪੇਸ਼ ਹੋਇਆ ਜਾ ਕੇ, ਸਾਡਾ ਐਡਵੋਕੇਟ ਜਨਰਲ ਪੇਸ਼ ਹੋਇਆ ਜਾ ਕੇ।
ਮਸਾਂ ਦਾ ਮੀਂਹ ਆਇਆ ਕੋਈ ਗੱਲ ਨਹੀਂ ਭੇਜਿਆ ਕੰਮ ਕੀਤਾ ਪਾਣੀਆਂ ਦੇ ਉੱਤੇ ਹਵਾ ਦੇ ਉੱਤੇ ਜ਼ਹਿਰੀਲੀ ਹੋ ਰਹੀ ਧਰਤੀ ਦੇ ਉੱਤੇ ਕੰਮ ਕੀਤਾ ਪਰ ਜਿਵੇਂ ਨਾ ਪਤਾ ਨੀ ਕੁਰਸੀ ਚੀਜ਼ ਕਿਹੋ ਜੀ ਹੈ ਬੰਦਾ ਕੁਰਸੀ ਨੂੰ ਚਿੰਬੜਦਾ ਨਾ ਫਿਰ ਮੁੱਦੇ ਭੁੱਲ ਜਾਂਦੇ ਆ ਪੰਜਾਬ ਨੀ ਚੇਤੇ ਰਹਿੰਦਾ ਫਿਰ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਇਹ ਸਦਾ ਨੀ ਰਹਿੰਦੀਆਂ ਹੁੰਦੀਆਂ ਕੁਰਸੀਆਂ ਸਦਾ ਨੀ ਰਹਿੰਦੀਆਂ ਤੁਹਾਡੇ ਕੋਲ ਜਿਹੜੀਆਂ ਤੁਹਾਨੂੰ ਮਿਲਦੀਆਂ ਨੇ ਸਿਆਸਤਾਂ ਵਿਰਾਸਤਾਂ ਤੇ ਸਾਨੂੰ ਯਾਰ ਅਸਲ ਸਾਡੇ ਕੋਲ ਪੰਜਾਬ ਦੇ ਕਰਕੇ ਉਹਨਾਂ ਮੁੱਦਿਆਂ ਕਰਕੇ ਲੋਕ ਉਸ ਕੁਰਸੀ ਤੱਕ ਜਾਂਦੇ ਆ ਜਦ ਆਪਾਂ ਸਰਕਾਰ ਦੀ ਗੱਲ ਕਰਕੇ 92 ਬੰਦੇ ਕਿਉਂ ਜਿਤਾਏ ਕਿਉਂਕਿ ਲੋਕ ਉਹਨਾਂ ਸਰਕਾਰਾਂ ਤੋਂ ਅੱਕੇ ਸੀ ਅਸਲ ਮੁੱਦੇ ਇਹਨਾਂ ਨੇ ਗੱਲ ਕੀਤੀ ਹੁਣ ਇਹ ਮੁੱਦੇ ਭੁੱਲ ਜਾਣਗੇ ਤਾਂ ਮਾੜੀ ਗੱਲ ਹੈ ਤੇ ਲੋਕ ਸਭ ਤਿਆਰ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਪਹੁੰਚ ਰਿਹਾ ਕੱਲ ਨੂੰ ਮੱਤੇ ਵੜਾ ਔਰ ਬਹੁਤ ਸਾਰੇ ਐਲਾਨ ਹੋਣਗੇ ਜਿਹੜੇ ਸਾਨੂੰ ਉਹਨਾਂ ਨੇ ਤਸੱਲੀ